हेलो जी, गुड मॉर्निंग। तो सवेरे सवेरे दी सवेर सारिआं नूं गुड मॉर्निंग प्यारी जी। सवेरे सवेरे साडी सोसाइटी दा प्यारा जिहा व्यू देखो, कबूतर किवें उडारियां ला रहे ने। माली दे रहे पानी। ते हुण आपां चलदे आं किचन च, ते किचन दे विच चल के पीने आं चाह। पानी दे रहे ने सामने। सवेरे सवेरे हरियाली। पार्क दे विच घूम रहे ने सवेरे सवेरे। आसमान बिल्कुल साफ। पानी का पर्स रखा चलो जी, अपनी हुई है चाह रेडी। देखो सवेरे सवेरे दी चाय, रड़ रड़ के बेचारी मेरी चाह ना कमली हो गई है। देखो उबल उबल कर कमली हो गई। टेस्टी जी, प्यारी जी लौंग लाचियां ते अदरक वाली चाय। चलो जी, नाल नाल हो रहा अपना पानी गर्म, ते नाल आपां बनावांगे बनाना शेक। चलो हुण आपां करदे आं बनाना शेक बनाना शुरू, और फिर पीवांगे बैठ के चाह। सवेरे 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 कर्मा जी पीणगे, ते नाल नाल बच्चे पीणगे बनाना शेक। ते किस चीज़ दे बीज हैगे ने तुसीं मैनूं जरूर दस्सिओ जी कमेंट करके। इन्हां दे विच हुण आपां पावांगे गुड़, ते गुड़ पा के ना इहदे विच पावांगे पानी, ते वधिया जिहा लिक्विड जिहा हो जाएगा। ते इह पेट वास्ते ना बहुत ही वधिया ते ठंडा हुंदा। नाल नाल पीवांगे आपां चाह, ते मैं ना नाल नाल बनावां जी बनाना शेक। ते चप्पल बदाम क्यों नहीं पे? हाँ बदाम तो पे देता। जी शेक हो गया अपना रेडी, बनाना शेक ठंडा ठंडा मीठा मीठा प्यारा सा शेक। ते हुण मैं दे दियां बच्चे नूं बनाना शेक। देखो किन्नी तेज हवा चली जांदी है सवेरे सवेरे, ते आ तोती जांदे ने मूंह देख लो। सवेरे सवेरे दी गुड मॉर्निंग। गुड मॉर्निंग एवरीबॉडी। ਹੋਰ ਕਿਵੇਂ ਲੱਗਿਆ ਸੌ ਕੇ? ਸੌ ਕੇ ਕਿਹੋ ਜਿਹਾ ਲੱਗਿਆ? ਜਿਵੇਂ ਤੈਨੂੰ ਲੱਗਦਾ ਹੁੰਦਾ। ਮੈਨੂੰ ਤਾਂ ਵਧੀਆ ਲੱਗਿਆ। ਚਲ ਕਰਮਾ ਜੀ ਹੁਣ ਉੱਠ ਗਏ ਨੇ, ਤੇ ਹੁਣ ਤੋਰੇ ਨੇ ਮੂੰਹ ਮੱਥਾ, ਤੇ ਫਿਰ ਇਹ ਪੀਣਗੇ ਆਪਦੀ ਗ੍ਰੀਨ ਟੀ। ਗ੍ਰੀਨ ਟੀ ਤੋਂ ਬਾਅਦ ਫਿਰ ਇਹਨਾਂ ਨੇ ਪੀਣਾ ਹੈ ਆਪਦਾ ਕੀ ਕਹਿੰਦੇ ਨੇ ਇੱਕ ਹੋਰ ਮੈਂ ਪੇ ਹੈ ਬੀਜ। ਉਹ ਆਹ ਦੇਖੋ ਕਰਮਾ ਜੀ ਪੀ ਰਹੇ ਨੇ, ਪਰ ਇਹਨਾਂ ਕੀ ਨਾ ਇਹਨਾਂ ਦਾ ਮੈਨੂੰ ਨਹੀਂ ਪਤਾ, ਮੈਂ ਭੁੱਲ ਜਾਂਦੀ। ਚੀਆ ਸੀਡਸ। ਚੀਆ ਸੀਡਸ। ਚੀਆ ਪੰਜਾਬੀ ਚ, ਪੰਜਾਬੀ ਚ ਕੀ ਕਹਿੰਦੇ? ਤੁੱਕ ਮਲੰਗਾ। ਤੁੱਕ ਮਲੰਗਾ ਜਿਵੇਂ ਕੀ? ਤੁੱਕ ਮਲੰਗਾ ਕੌਣ ਹੈ? ਤੁੱਕ ਮਲੰਗਾ ਆਪ ਹੋ। ਇਹਦਾ ਫਾਇਦਾ ਹੈ ਠੰਡਾ ਹੁੰਦਾ ਹੈ, ਤੇ ਇਹਨੂੰ ਸ਼ਾਮ ਨੂੰ ਭੇਜ ਦਿਓ
ਤੇ ਸਵੇਰੇ ਖਾਲੀ ਪੇਟ ਖਾਓ, ਹਾਂ ਖਾਲੀ ਪੇਟ ਪੀਓ, ਖਾਓ ਜਾਂ ਪੀਓ ਜੋ ਵੀ ਹੈ। ਤੇ ਬ੍ਰੈਡ ਦੇ ਵਿੱਚ ਪਾਣੀ ਪਾ ਕੇ ਨਾ ਇਹਨੂੰ ਥੋੜਾ ਜਿਹਾ ਹੋਰ ਗਾੜਾ ਕਰ, ਗਾੜਾ ਕਰ, ਹਾਂ ਥੋੜਾ ਜਿਹਾ ਗੁੜ ਪਾ ਲਿਆ ਇਹਦੇ ਵਿੱਚ। ਚਲੋ ਜੀ, ਕਰਮਾ ਜੀ ਪੀ ਰਹੇ ਨੇ ਹੁਣ ਠੰਡਾਈ ਚੀਆ ਚੀਜ਼ਸ ਦੀ, ਚੀਆ ਸੀਡਸ, ਚੀਆ ਸੀਡ, ਸੌਰੀ ਚੀਆ ਸੀਡ, ਤੁਕਮਲੰਗਾ। ਤੇ ਸਾਰਾ ਕੰਮ ਪਿਆ ਕਰਨਾ ਵਾ, ਹੁਣੇ ਕੰਮ ਕਰਕੇ ਫਿਰ ਆਪਾਂ ਕਰਦੇ ਹਾਂ ਜੀ ਘਰ ਸਾਫ ਸਫਾਈ। ਚਾਹ ਪਾਣੀ ਲਿਆ ਪੱਪੀ, ਤੇ ਹੁਣ ਨਾਲ ਨਾਲ ਬਣੂਗੀ ਗ੍ਰੀਨ ਟੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਤੇ ਸਾਡੇ ਘਰੇ ਨਾ ਆਏ ਸੀ ਗੈਸਟ, ਤੇ ਬਹੁਤ ਹੀ ਚੰਗਾ ਲੱਗਿਆ ਕਿ ਇਹ ਆਏ, ਤੇ ਬੜਾ ਬੜੇ ਨਾਈਸ ਨੇ ਤੇ ਬਹੁਤ ਹੀ ਵਧੀਆ ਨੇ। ਇਹਨਾਂ ਦਾ ਇਗਜ਼ਾਮ ਸੀ ਇੱਥੇ ਤੇ ਪੇਪਰ ਦੇਣ ਵਾਸਤੇ ਆਏ ਸੀ, ਤੇ ਸਾਨੂੰ ਵੀ ਬੜਾ ਵਧੀਆ ਲੱਗਿਆ। ਹੈਲੋ ਵਰਦੂ ਜੀ। ਹੈਲੋ, ਔਰ ਪੇਪਰ ਕਿਆ ਥਾ ਰਹਾ ਆਪਕਾ? ਪੇਪਰ ਅੱਛਾ ਹੋਗਾ, ਬਹੁਤ ਬਹੁਤ ਅੱਛਾ ਹੋਗਾ, ਔਰ ਯੇ ਵੀ ਬਹੁਤ ਅੱਛੇ ਹੈ। ਅੱਛਾ ਜੀ, ਥੈਂਕ ਯੂ, ਅੱਛਾ ਲੱਗਾ ਇਨਸੇ ਮਿਲ ਕੇ, ਪੂਰੀ ਫੈਮਿਲੀ ਬਹੁਤ ਅੱਛੀ ਹੈ ਇਨਕੀ। ਥੈਂਕ ਯੂ ਜੀ, ਖੂਬ ਇੰਜੋਏ ਕੀ ਆਪਨੇ, 3 ਦਿਨ ਹੋ ਗਏ ਔਰ ਅਬ ਤਿਆਰੀ ਕਰ ਜਾਣੇ ਕੀ। ਹਾਂ, ਤਾਂ ਮੈਂ ਇਨਕੋ ਕਹਿ ਰਹੀ ਹੂੰ ਕਿ ਆਜ ਆਜ ਰੁਕ ਜਾਓ, ਪਰ ਯੇ ਕਹਿ ਰਹੇ ਹੈ ਕਿ ਨਹੀਂ ਹਮੇ ਜਾਣਾ ਹੈ, ਛੋਟੇ ਬੱਚੇ ਹੈ। ਤੋ ਮੈਨੇ ਫਿਰ ਇਨਕੋ ਦੁਬਾਰਾ ਕਿਹਾ ਕਿ ਆਪ ਦੁਬਾਰਾ ਆਨਾ, ਕਹਿ ਰਹੇ ਹੈ ਜੀ ਹਾਂ ਜ਼ਰੂਰ, ਆਪ ਜ਼ਰੂਰ ਆਨਾ, ਆਪਕੋ ਦਿੱਲੀ ਘੁਮਾਏਂਗੇ। ਔਰ ਬਹੁਤ ਬੜੀਆ, ਮੈਨੇ ਇਨਕੋ ਖਾਣਾ ਵਾਣਾ ਖਿਲਾ ਕੇ, ਔਰ ਬਹੁਤ ਅੱਛਾ ਲਗਾ ਇਨਸੇ ਮਿਲ ਕੇ, ਔਰ ਬਹੁਤ ਹੀ ਬੜੀਆ। ਬੋਲਤੇ ਬੋਲਤੇ ਬੋਲੋ, ਆ ਜਾ ਤੋ ਹਾਂ ਜੀ। ਥੋੜਾ ਸਾ ਉਹ ਦੂਸਰੇ ਹੈ ਦੀਦੀ ਜੋ ਇਨਕੇ ਸਾਥ ਆਏ ਹੈ, ਵੋ ਸ਼ਰਮਾ ਰਹੇ ਹੈ, ਵੋ ਕੈਮਰੇ ਮੇ ਨਹੀਂ ਆਨਾ ਚਾਹਤੇ, ਔਰ ਇਨਕੋ ਬਹੁਤ ਸ਼ੌਕ ਹੈ ਕੈਮਰੇ ਮੇ ਆਨੇ ਕਾ। ਹਾਂਜੀ, ਜ਼ਿਆਦਾ ਸ਼ੌਕ ਹੈ ਕਿਆ? ਔਰ ਦੀਦੀ ਬੋਲ ਰਹੀ ਹੈ ਹਮੇ ਤੋ ਬਹੁਤ ਅੱਛਾ ਲਗਾ ਹੈ, ਔਰ ਕਿਆ ਬੋਲ ਰਹੇ ਜੀ, ਖਾਣਾ ਬਹੁਤ ਟੇਸਟੀ ਬਣਾਇਆ ਥਾ, ਪੂਰੀ ਫੈਮਿਲੀ ਬਹੁਤ ਅੱਛੀ ਹੈ। ਆਪ ਬੋਲੋ ਨਾ ਕਿ ਫਿਰ ਬਹੁਤ ਨਾਈਸ ਪਰਸਨ ਹੈ ਇਹ, ਔਰ ਇਨਕੇ ਹਸਬੈਂਡ ਵੀ ਬਹੁਤ ਅੱਛੇ ਹੈ, ਡਾਕਟਰ ਹੈ ਇਨਕੇ ਹਸਬੈਂਡ, ਵੈਟਰਨਰੀ, ਔਰ ਯੇ ਆਪਣਾ ਪੜ੍ਹਾਈ ਕਰ ਰਹੀ ਹੈ ਔਰ ਗੌਰਮੈਂਟ ਜੋਬ ਕੀ ਤਿਆਰੀ ਕਰ ਰਹੀ ਹੈ, ਔਰ ਇਸੀ ਗੌਰਮੈਂਟ ਇਗਜ਼ਾਮ ਕਾ ਇਨਕਾ ਪੇਪਰ ਥਾ, ਬਹੁਤ ਇਹਨਾਂ ਨੇ ਤਿਆਰੀ ਕਰੀ ਹੈ, ਔਰ ਭਗਵਾਨ ਕੇ ਅੱਗੇ ਯਹੀ ਦੁਆ ਹੈ ਕਿ ਇਹਨਾਂ ਨੇ ਮਿਹਨਤ ਕਰੀ ਹੈ ਤੋ ਆਪਣਾ ਯੇ ਜ਼ਰੂਰ ਕਾਮਯਾਬ ਹੋਏ ਇਸਨੇ ਤਰੱਕੀ ਕਰੇ। ਚਲੋ ਜੀ, ਅਬ ਜਾ ਰਹੇ ਹੈ, ਔਰ ਮੇਰਾ ਦਿਲ ਐਸੇ ਬਈ ਦੁੱਖ ਰਿਹਾ ਹੈ ਕਿ ਇਹ ਜਾ ਰਹੇ ਹੈ, ਔਰ ਕਿਉਂਕਿ 3 ਦਿਨ ਹਮਨੇ ਬੜੀ ਮਸਤੀ ਕਰੀ, ਬਹੁਤ ਮਜ਼ੇ ਤੇ ਰਹੇ, ਔਰ ਬਹੁਤ ਹੀ ਅੱਛਾ ਲਗਾ, ਔਰ ਖੂਬ ਇੰਜੋਏ ਕਰਾ ਹਮਨੇ। ਚਲੋ ਜੀ, ਹਾਂਜੀ, ਗੈਸਟ ਆਏ ਸੀ ਆਪਣੇ ਘਰੇ ਤੇ ਚਲੇ ਗਏ ਨੇ, ਤੇ ਬਹੁਤ ਅੱਛਾ ਲੱਗਿਆ ਉਹਨਾਂ ਨਾਲ ਮਿਲ ਕੇ, ਤੇ ਹੁਣੇ ਗਏ ਆ ਬਸ ਉਹ, ਤੇ ਮੈਂ ਕਿਹਾ ਚਲੋ ਨਾ ਥੋੜ੍ਹਾ ਜਿਹਾ, ਅੱਜ ਬਹੁਤ ਜ਼ਿਆਦਾ ਧੁੱਪ ਹੈ ਤੇ ਹਵਾ ਵੀ ਬਹੁਤ ਚੱਲ ਰਹੀ ਹੈ, ਸਵੇਰ ਦੇ ਨਾਲ ਹੀ ਨਾ ਗਰਮ ਲੂ ਚੱਲ ਗਈ ਹੈ, ਔਰ ਥੈਂਕ ਯੂ ਸੋ ਮਚ ਫਿਰ ਦੁਬਾਰਾ, ਕਿਉਂਕਿ ਬਿਨਾਂ ਪਿਆਰ ਕੇ ਤਾਂ ਕੁਛ ਵੀ ਨਹੀਂ ਹੈ ਨਾ, ਕਹਿੰਦੇ ਹੈ ਕਿ ਘਰ ਵੀਰਾ ਬੇਸ਼ਕ ਹੋ ਪਰ ਮਨ ਦਿਲ ਬੜੇ ਹੋਣੇ ਚਾਹੀਦੇ, ਦਿਲ ਬੜੇ ਹੋਣੇ ਚਾਹੀਦੇ। ਚਲੋ ਠੀਕ ਹੈ, ਨੈਕਸਟ ਟਾਈਮ ਆਣਾ ਆਪ ਬੱਚੋਂ ਕੇ ਸਾਥ, ਨੈਕਸਟ ਟਾਈਮ ਬੱਚੋਂ ਕੇ ਸਾਥ ਜ਼ਰੂਰ ਆਪ ਆਣਾ, ਵਹਾਂ ਸਾਥ ਜ਼ਰੂਰ। ਜੀ ਜੀ, ਕਿਉਂਕਿ ਹਮ ਤੋਂ ਵਹੀਂ ਸੇ ਨਿਕਲਤੇ ਹੈਂ, ਆਪ ਅਕੇ ਜਾਓਗੇ ਹਮ ਸੇ? ਨਾ ਨਾ, ਮੈਂ ਤਾਂ ਬਹੁਤ ਅੱਛਾ ਲੱਗਤਾ ਹੈ ਬੰਦੋ ਕੇ ਸਾਥ ਮਿਲਣਾ, ਔਰ ਠੀਕ ਹੈ ਜੀ, ਬਾਏ। ਠੀਕ ਹੈ, ਬਾਏ 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 ਜ਼ਰੂਰ। ਹਾਂਜੀ, ਗੈਸਟਾਂ ਨੂੰ ਖਾਣਾ ਵਾਣਾ ਖਵਾਇਆ ਤੇ ਉਹ ਹੁਣ ਚੱਲੇ ਗਏ ਨੇ, ਤੇ ਮੈਂ ਕਿਹਾ ਨਾ ਹੁਣ ਮੈਂ ਬਣਾ ਲਾ ਜਲਦੀ ਜਲਦੀ ਫਟਾਫਟ ਆਲੂ ਦੇ ਪਰਾਂਠੇ, ਤੇ ਆਲੂ ਮੈਂ ਉਬਾਲ ਕੇ ਦੇਖੋ ਰੱਖ ਲਏ ਨੇ, ਛਿਲ ਕੇ ਵੀ ਰੱਖ ਲਿਆ, ਤੇ ਹੁਣ ਜਲਦੀ ਜਲਦੀ ਇਹਨਾਂ ਨੂੰ ਮੈਂ ਕਰ ਲਾ ਮੈਸ਼, ਤੇ ਮੈਸ਼ ਕਰਕੇ ਪਰਾਂਠੇ ਬਣਾ ਕੇ ਵਿੱਚ ਕੱਟਾਂਗੇ ਇੱਕ ਛੋਟਾ ਜਿਹਾ ਪਿਆਜ਼, ਤੇ ਮੈਂ ਲਸਣ ਵੀ ਪਾਉਂਦੀ ਹੁੰਦੀ ਹਾਂ, ਪਰ ਹੁਣ ਨਾ ਮੈਨੂੰ ਟਾਈਮ ਨਹੀਂ ਹੈਗਾ ਫਟਾਫਟ, ਕਿਉਂਕਿ ਜਲਦੀ ਜਲਦੀ ਖਾਣਾ ਰੈਡੀ ਕਰਨਾ। ਛੋਟਾ ਛੋਟਾ ਨਾ ਪਿਆਜ਼ ਕੱਟ ਕੇ ਨਾ ਥੋੜ੍ਹਾ ਜਿਹਾ ਪਿਆਜ਼ ਦਾ ਫਲੇਵਰ ਆ ਜਾਂਦਾ ਪਰਾਂਠੇ 'ਚ।
निका प्याज कट के पा लेने ना बिच। सवेरे सवेरे रसोई ऐदा हो जाती है कि कित्थों बंदा काम स्टार्ट करे ते कित्थों खत्म करे, है ना। ये सारे दे घरां च ही हुंदा है क्योंकि सवेरे सवेरे ऑफिस का भी टाइम हुंदा है, बच्चों के स्कूल का भी टाइम हुंदा है, ते काफी टाइम हो जाता है। हम पा लिए नमक मिर्च मसाला, पाइए थोड़ा जे अजवाइन क्योंकि एसिडिटी नहीं बनती अजवाइन नाल, ते पेट भी साडा वधिया रहिंदा है। हुण आपां कर लईए मिक्स। चलो जी मिक्सर हो गया अपना हुण रेडी। हुण आपां बनाईए गर्मा गर्म आलू के परांठे। थोड़ी जी पाइए आप काली मिर्च, ये ना हाजमे हो जाते हैं। वैसे तो सानू अजवाइन भी पानी चाहिए है, मैं अजवाइन भी पा ला थोड़ी जी। चलो जी परांठा हो गया अपना रेडी। एक हाथ नाल बना रही हूँ क्योंकि मेरा कैमरा फड़न वाला इस टाइम कोई नहीं है गया। मेरी रोटी हो गई खराब। गर्मा गर्म आलू के परांठे। बहुत ही टेस्टी जे परांठे बन रहे जी। टेस्टी तो मैं कह रही है ना, बंदा हाँ। अगला खा के दसेगा। वो तो असि खा के दसांगे जी कि टेस्टी है कि कैसा जे है। हां जी कोई गल नहीं, खा के दस दो। देखने नाल तो टेस्टी लग रहे हैं, अच्छे बनाए हैं मैंने, ऐसी बात नहीं है। मेरे वास्ते स्टफिंग ज्यादा होए ऐसे आलू ना चक के पा दा विच, स्पेशल डिमांड है। पम्मी जी खाना स्वाद बना लेने हो तुसी, वो तो है। तुसी पार्ट टाइम जॉब कर लो, एक ढाबा खोल लो। ढाबे दे उत्ते तुसी मेरे नाल रह जाना भांडे धोण। इत्थे आपां आवाज ला देंगे टम टम। कल्ला बंदा आदमी कोई भी काम कर सकता, नाल हेल्परी दी जरूरत होंदी है। हाँ अगर वो ठान सकता है ना तो कल्ला बंदा भी बहुत मेहनत कर सकता है। वाह वाह वाह, क्या बात बोली है पम्मी जी आपने, क्या बात बोली।
मेहनत सबसे बड़ी चीज है, कामयाबी सबसे मेहनत है। जे अगर असीं कहांगे कि हाए सानू बैठे बिठाए नू रब देवे रब देवे रब देवे, है ना, रब भी तो सानू तां ही देऊगा ना कि जे असीं हाथ पैर हिलावांगे। तो जे असीं अगर मंजे ते बैठे कही जांगे रब्बा दे दे, रब कह देगा कि मैं तैनूं हाथ पैर कादे वास्ते दित्ते आ, उठ के काम कर, मेहनत कर, देना मेरा काम है ते मेहनत तेरा काम है, ते तेरे चक्करां दे विच मेरा ना जिहड़ा परांठा है ना बल गया सड़ गया। मेरी खाने की तारीफ की नजर ला। That was message of the video, जो हमने पम्मी जी ने बोलिया जी कि रब तक कुछ नहीं करता जो तक तुसी हाथ पैर नहीं मारोगे। हाथ पैर नहीं हिलाते ये सारे का ही है जी मैटर। सानू मेहनत करनी चाहिए है, कामयाबी हासिल करनी चाहिए है। तो लो जी अपने हो गए परांठे रेडी, तो ये अपनी अज की वीडियो, तो तुसी लाइक शेयर कमेंट जरूर करया करो जी। तो करमा पम्मी अपना यूट्यूब चैनल है, तो तुसी प्लीज़ सारे ने उन्हें सबसक्राइब कर लेना, तो बैल का बटन प्रेस कर लेना ताकि साड़िया आने वाली वीडियो थोड़े तक पहुँच सकन। तो साड़िया ना फनी वीडियो में बहुत प्यार दे रहे हो, तो मेरिया जड़िया वड्डिया वीडियो होंदिया ने, ब्लॉग होंगे ने, साड़िया फनी वीडियो होंदिया ने, उन्होंने भी तुसी प्यार दिया करो। तो आप जी हूँ एक भूतिया फ्लैट फिल्म पाई है, तो तुसी जरूर उन्हें देखो। तो चलो जी, थैंक यू सो मच, आई लव यू यूट्यूब फैमिली मेरी। Don't forget to subscribe the channel and like the video. Bye. Bye.